আসসালামু আলাইকুম নাজরিন আমি এ ਤੁਹਾਡਾ ਮੇਜ਼ਬਾਨ ਐ ਮੁ슬림 ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਕੁਲ ਦਸਤਾ ਅੱਜ ਦਾ ਮوضوع ਹੈ ਇਕਲਾ ইমরান ਖਾਨ ਔਰ ਪਾਕਿਸਤਾਨ ਪਿਆਰੇ ਨਾਜ਼ਰੀਨ ਪਾਕਿਸਤਾਨ ਜਿਹੜਾ ਨਾ ਇਹਦੇ ਵਿੱਚ ਕੋਈ ਵੀ ਕੰਮ ਕਰਨ ਵਾਸਤੇ وزیراعظم ਨੂੰ ਕੋਈ ਵੀ ਕਾਨੂੰਨ ਪਾਸ ਕਰਨ ਵਾਸਤੇ ਕੋਈ ਵੀ ਅਮਲ ਦਰਾਮਦ ਕਰਾਉਣ ਵਾਸਤੇ ਕੋਈ ਵੀ ਕੰਮ ਕਰਨ ਵਾਸਤੇ ਨਾ ਵਜ਼ੀਰ-ਏ-ਆਜ਼ਮ ਨੂੰ ਕੌਮੀ ਅਸੈਂਬਲੀ ਦੇ ਵਿੱਚ ਤੇ ਸੈਨੇਟ ਦੇ ਵਿੱਚ ਇਤਨੇ ਕੀ ਵੋਟ ਚਾਹੀਦੀ ਹੁੰਦੇ ਨੇ ਕਿ ਅੱਧੇ ਤੋਂ ਜ਼ਿਆਦਾ ਅੱਧੇ ਤੋਂ ਜ਼ਿਆਦਾ ਵੋਟ ਨੂੰ ਚਾਹੀਦੀ ਹੁੰਦੇ ਨੇ ਕੌਮੀ ਅਸੈਂਬਲੀ 'ਚ ਅੱਧੇ ਤੋਂ ਜ਼ਿਆਦਾ ਵੋਟ ਚਾਹੀਦੀ ਹੁੰਦੇ ਨੇ ਸੈਨੇਟ ਦੇ ਵਿੱਚ ਫੇਰ ਵਜ਼ੀਰ ਆਜ਼ਮ ਜਿਹੜਾ ਨਾ ਉਹ ਆਪਣੀ ਮਰਜ਼ੀ ਨਾਲ ਕਾਨੂੰਨ ਵੀ ਬਣਾ ਸਕਦਾ ਤੇ ਸਾਰੇ ਬਿਲ ਵੀ ਪਾਸ ਕਰਾ ਸਕਦਾ ਤੇ ਜਿਹੜੇ ਉਹਨੇ ਵਾਅਦੇ ਕੀਤੇ ਨਾ ਉਹ ਵੀ ਪੂਰੇ ਕਰ ਸਕਦਾ ਅੱਜ ਇਮਰਾਨ ਖਾਨ ਜਿਨ੍ਹਾਂ ਨੇ ਵਾਅਦੇ ਕੀਤੇ ਨੇ ਇਲੈਕਸ਼ਨ ਤੋਂ ਪਹਿਲਾਂ ਉਹ ਨਹੀਂ ਪੂਰੇ ਕਰ ਸਕਦਾ ਕਿਉਂਕਿ ਉਹ ਵਾਅਦ ਬੰਦਾ ਹੈ ਕੱਲਾ ਜਿਹੜਾ ਚੰਦ ਹੈ ਕਿ ਮੁਲਕ ਦੇ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਹੋ ਜੇ ਇਹ ਕੰਮ ਹੋ ਜਾਣ ਇਹ ਕਾਨੂੰਨ ਬਣ ਜਾਣ ਇਹ ਬਿਲ ਪਾਸ ਹੋ ਜਾ ਲੇਕਿਨ ਉਹਦੇ ਕੋਲੇ ਇੰਨੀ ਅਕਸਰੀਅਤ ਨਹੀਂ ਨਾਕومی ਸਭਲੀ ਚ ਅਕਸਰੀਅਤ ਨਹੀਂ ਸੈਨਟਰ ਦੇ ਵਿੱਚ ਅਕਸਰੀਅਤ ਅੱਛਾ ਉਹ ਹੋਰ ਨਾਲ ਪਾਰਟੀਆਂ ਛੋਟੀਆਂ-ਛੋਟੀਆਂ ਰਲਾ ਕੇ ਉਹਨੇ ਹਕੂਮਤ ਬਣਾਈ ਅੱਛਾ ਉਹ ਜਿਹੜੇ ਵੇਲੇ ਜਿਸ ਪਾਰਟੀ ਛੋਟੀ ਦਾ ਦਿਲ ਕਰਦਾ ਹੈ ਨਾ ਉਹਨੂੰ ਆਖਦੇ ਨੇ ਕਿ ਅਸੀਂ ਲਾਦਾ ਹੋ ਚੱਲੇ ਅਸੀਂ ਵੋਟ ਕੋ ਨਹੀਂ ਦੇਣਾ ਅੱਛਾ ਉਹ ਉਹ ਇਤਸ ਕਦਰ ਸਖਤ ਰਕਾਵਟ ਹੈ ਕੌਮੀ ਸਭਲਿਚ ਵੀ ਤੇ ਸੈਨੇਟ ਵਿੱਚ ਵੀ ਛੋਟੀਆਂ ਪਾਰਟੀਆਂ ਧਮਕੀਆਂ ਦੇਣ ਲੱਗ ਪੈਂਦੀਆਂ ਕਿ ਅਸੀਂ ਲਾਦਾ ਹੋ ਚੱਲੇ ਸਾਡੀ ਨਹੀਂ ਸੁਣਨ ਹੁੰਦੀ ਤਾਂ ਅਸੀਂ ਲਾਦਾ ਹੋ ਚੱਲੇ ਅੱਛਾ ਉਹ ਫਿਰ ਉਹਨਾਂ ਨੂੰ ਵਜ਼ਾਰਤਾਂ ਵੀ ਦੇਣੀਆਂ ਪੈਂਦੀਆਂ ਉਨਾਰੀ ਗੱਲ ਵੀ ਮੰਨਣੀ ਪੈਂਦੀ ਹੈ ਤੇ ਜੇ ਉਹਨਾਂ ਦੀ ਗੱਲ ਮੰਨੇ ਵਜ਼ਾਰਤਾਂ ਵੀ ਦੇ ਗੱਲਾਂ ਵੀ ਮੰਨੇ ਤੇ ਫਿਰ ਉਹ ਆਪਣੇ ਮਨਸ਼ੂਰਤਾ ਅਮਲ ਨਹੀਂ ਕਰ ਸਕਦਾ ਜੋ ਕੋਈ ਉਹ ਚਾਹੁੰਦਾ ਨਾ ਫਿਰ ਉਹ 100% ਨਹੀਂ ਹੋ ਸਕਦਾ ਵੋਟ ਉਹਨੂੰ ਥੋੜੇ ਲੱਭੇ ਅਗਰ ਇਤਨੇ ਕੀ ਵੋਟ ਆਮ ਨੂੰ ਦੇ ਦੇਂਦੀ ਨਾ ਜਿਹਦੇ ਨਾਲ ਉਹਨੂੰ ਇਹ ਦੂਜੀਆਂ ਪਾਰਟੀਆਂ ਦੀ ਮੁਤਾਜੀ ਖਤਮ ਹੋ ਜਾਂਦੀ ਤੇ ਫਿਰ ਇਮਰਾਨ ਖਾਨ ਕੋਲੋਂ ਤੁਸੀਂ ਉਮੀਦ ਕਰ ਸਕਦੇ ਸੀ ਕਿ ਆਖ ਸਕਦੇ ਸੀ ਉਹਨੂੰ ਕਿ ਜਿਹੜੇ ਤੋਂ ਵਾਅਦੇ ਕੀਤੇ ਨੇ ਉਹ ਪੂਰੇ ਨਹੀਂ ਹੋਏ ਅੱਜ ਉਹ ਕੱਲਾ ਬੰਦਾ ਹੈ ਉਹਦਾ ਦਿਲ ਹੈ ਸਭ ਕੁਝ ਪਾਕਿਸਤਾਨ ਵਾਸਤੇ ਕਰਨੇ ਤੇ ਲੇਕਿਨ ਉਹ ਅਗਲੇ ਪਿਛਲੇ ਜਿਹੜੇ ਨਾ ਤੇ ਸਾਰੇ ਉਹਦੀਆਂ ਲੱਤਾਂ ਛਿੱਕਣੇ ਵਾਲੇ ਉਹਨਾਂ ਨੂੰ ਮੁਤਾਜੀ ਹੈ ਜਦੋਂ ਤੱਕ ਕੌਮੀ ਸਭਾ ਵਿੱਚ ਵੀ ਮੈਂਬਰ ਪੂਰੇ ਨਾ ਹੋਣ ਜ਼ਿਆਦਾ ਨਾ ਹੋਣ ਕੋਈ ਬਿਲ ਨਹੀਂ ਪਾਸ ਹੁੰਦਾ ਜਦੋਂ ਤੱਕ ਸੈਨੇਟ ਵਿੱਚ ਨਾ ਆਉਣ ਕੋਈ ਬਿੱਲ ਨਹੀਂ ਪਾਸ ਹੁੰਦਾ ਅੱਛਾ ਜਦੋਂ ਕੋਈ ਕਾਨੂੰਨ ਪਾਸ ਹੋਣੇ ਹੀ ਨਹੀਂ ਉਹਦੀ ਮਰਜ਼ੀ ਦੇ ਮੁਤਾਬਕ ਹੈ ਪਾਕਿਸਤਾਨ ਦੀ ਬਿਹਤਰੀ ਵਾਸਤੇ ਕਿਉਂਕਿ ਹਰ ਬੰਦਾ ਆਪਣੇ ਜ਼ਾਤੀ ਮਫਾਦ ਵਾਸਤੇ ਲੜਦਾ ਫਿਰਦਾ ਹੈ ਅੱਛਾ ਜੇ ਉਹ ਆਪਣੀ ਮਰਜ਼ੀ ਨਾਲ ਕਾਨੂੰਨ ਪਾਸ ਕਰੇ ਤੇ ਸਾਰੇ ਸ਼ਿਕੰਜੇ ਚ ਆ ਜਾਂਦੇ ਜੇ ਸਾਰੇ ਸ਼ਿਕੰਜੇ ਚ ਆ ਜਾਣ ਤੇ ਫਿਰ ਤਾਂ ਕੋਈ ਨਾ ਕੋਈ ਸੂਤਰ ਹੋ ਸਕਦਾ ਹੈ ਲੇਕਿਨ ਇਸ ਵੇਲੇ ਉਹਦੇ ਕੋਲ ਅਕਸਰੀਅਤ ਹੈ ਨਹੀਂ ਛੋਟੀਆਂ-ਛੋਟੀਆਂ ਪਾਰਟੀਆਂ ਨਾਲ ਲਾ ਕੇ ਨਾ ਤਾਂ ਉਹ ਇੱਕ ਵਜ਼ੀਰ ਆਦਮ ਦੀ ਕੁਰਸੀ ਤੇ ਬੈਠੇ ਆ। ਤੇ ਉਹ ਲੱਤਾ ਛਕਨੇ ਵਾਲੇ ਤੇ ਦੂਸਰਾ ਰਿਕਾਵਟਾਂ ਪਾਣੇ ਵਾਲੇ ਬੇਸ਼ਮਾਰ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਮਜ਼ੋਰ ਵਜ਼ੀਰ ਆਦਮ ਹੈ ਇਸ ਵਾਤੇ ਕਿ ਤੇ ਕੋਲੇ ਸੀਟਾਂ ਪੂਰੀਆਂ ਨਹੀਂ ਆ। ਅਗਰ ਵਾਅ ਮ ਉਹਨੂੰ 25% ਵੋਟ ਹੋਰ ਦੇ ਦੇ ਦਿੰਦੇ ਨਾ ਤਾਂ ਉਹਦੀਆਂ ਸਾਰੀਆਂ ਮਤਾਜੀਆਂ ਖਤਮ ਹੋ ਜਾਣੀਆਂ। ਫੇਰ ਅਸੀਂ ਉਹਨੂੰ ਆਖ ਸਕਦੇ ਸੀ ਕਿ ਤੂੰ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਇਸ ਵੇਲੇ ਨੂੰ ਕਿਦਰੇ ਉਹ ਨਰਮੀ ਕਰਦਾ ਹੈ ਕਿਦਰੇ ਉਹ ਸਖਤੀ ਕਰਦਾ ਹੈ ਕਿਦਰੇ ਉਹ ਬਲੈਕਮੇਲ ਵੀ ਹੁੰਦਾ ਹੈ ਥੱਲੇ ਵਾਲੇ ਮਤਲਬ ਲੈਵਲ ਤੇ ਨਾ ਉਹ ਫਿਰ ਥੱਲੇ ਵਾਲੇ ਵੀ ਉਹਨੂੰ ਆਦੇ ਨੇ ਵੀ ਇਹਦੇ ਬਾਰੇ ਵਿੱਚ ਜਨਾਬ ਇੰਜ ਕੀਤਾ ਤੇ ਇੰਜ ਹੋ ਜਾਂਦਾ ਇੰਜ ਇੰਜ ਕੀਤਾ ਤੇ ਫਲਾਨੀ ਪਾਰਟੀ ਨਾਸ ਜੀਦੀ ਇਹਦੇ ਵਿੱਚ ਇੰਜ ਹੋਇਆ ਤੇ ਫਲਾਨੀ ਪਾਰਟੀ ਨਾਸ ਜੀਦੀ ਪਾਰਟੀਆਂ ਛੋਟੀਆਂ ਛੋਟੀਆਂ ਨਾਲ ਲਾਈਆਂ ਮੁਤਾਜੀ ਹੈ ਬੇਵਾ ਮੁਤਾਜੀ ਦੇ ਵਿੱਚ ਰਹਿ ਕੇ ਉਸ ਤਰੀਕੇ ਨਾਲ ਕੰਮ ਨਹੀਂ ਹੋ ਸਕਦਾ ਉਹ ਜਿਹੜੇ ਨੇ ਵਾਦੇ ਕੀਤੇ ਨੇ ਉਹਦਾ ਦਿਲ ਹੈ ਪੂਰੇ ਕਰਮ ਆਵਾਮ ਨਾਲ ਜਿਹੜੇ ਵਾਦੇ ਕੀਤੇ ਨਿਆ ਪਾਕਿਸਤਾਨ ਬਣੇ ਨਿਆ ਪਾਕਿਸਤਾਨ ਬਣਨੇ ਵਾਤੇ ਨੂੰ ਫੁੱਲ ਫਾਟ ਅਕਸਰੀਇਤ ਚਾਹੀਦੀ ਅੱਛਾ ਉਹਨੂੰ ਫੁੱਲ ਫਾਟ ਅਸੇ ਚਾਹੀਦੀ ਹੈ ਮਦਦ ਅੱਛਾ ਉਹਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਉਹਨੂੰ ਆਰ ਤਰੀਕੇ ਨਾਲ ਸਾਨੂੰ ਉਹਦੀ ਉਸ ਨਾਲ ਫਜ਼ਾਈ ਕਰਨੀ ਚਾਹੀਦੀ ਹੈ ਕਿ ਉਹ ਉਸ ਦਾ ਦਿਲ ਹੈ ਪਾਕਿਸਤਾਨ ਵਾਸਤੇ ਕੋ ਕਰ ਐਸ ਵਕਤ ਉਹ ਕੱਲਾ ਬੰਦਾ ਪੂਰਾ ਪਾਕਿਸਤਾਨ ਜਿਹੜਾ ਨਾ ਉਹ ਅਦਾ ਪਾਕਿਸਤਾਨ ਨੂੰ ਦੇਖਣਾ ਹੈ ਐ ਜਿਹੜੇ ਇਤਨੇ ਵੀ ਵੱਡੇ ਵੱਡੇ ਹਨ ਅੱਛਾ ਸਭ ਨੇ ਕੋਈ ਨਾ ਕੋਈ ਖਾਧਿਆ ਕੋਈ ਨਾ ਕੋਈ ਸੌਲਤਾਂ ਲਈਆਂ ਨ ਕੋਈ ਨਾ ਕੋਈ ਮਫਾਦ ਅਸਲ ਕੀਤੇ ਤੇ ਉਹ ਜੇ ਆরিক ਨੂੰ ਪਗੜੇ ਨਾ ਤੇ ਕੂ ਮਤ ਨਹੀਂ ਰਹਿੰਦੀ ਰੋਜ਼ ਉਹਨੂੰ ਧਮਕੀਆਂ ਲਵਦੀਆਂ ਕਿ ਅੰਜ ਹੋਇਆ ਤਾਂ ਅਸੀਂ ਲਾਦਾ ਹੋ ਜਾਂਦੇ ਦੂਜਾ ਦਿਨ ਅੰਜ ਹੋਇਆ ਤਾਂ ਅਸੀਂ ਲਾਦਾ ਹੋ ਜਾਂਦੇ ਅੱਛਾ ਜੇ ਇਸ ਕਦਰ ਮਜਬੂਰੀ ਆਵੇ ਤਾਂ ਫਿਰ ਉਹ ਕੀ ਕਰ ਸਕਦਾ ਇਸ ਵਾਸਤੇ ਆਮ ਨੂੰ ਵੀ ਉਹਦੇ ਉੱਤੇ ਜ਼ਿਆਦਾ ਗਿਲੇ ਸ਼ਿਕਵੇ ਕਰਨ ਦੀ ਕੋਈ ਜ਼ਰੂਰਤ ਨਹੀਂ ਬਲਕਿ ਉਸ ਨੂੰ ਯਾ ਕਿ ਤੁਸੀਂ ਇਤਨੇ ਕੀ ਵੋਟ ਦਿਓ ਕਿ ਉਹ ਜੋ ਚਾਹੇ ਕਰ ਸਕੇ ਤੇ ਜਾਂ ਫਿਰ ਉਹਦੇ ਤੇ ਗਿਲੇ ਸ਼ਿਕਵੇ ਕਰਨ ਦੀ ਕੋਈ ਲੋੜ ਅਸਲ ਤੌਰ ਤੇ ਬੇਬਾ ਮੁਤਾਜ ਤੇ ਕਮਜ਼ੋਰ ਹਕੂਮਤ ਹਰ ਰੋਜ਼ ਕੋਈ ਨਾ ਕੋਈ ਪਾਰਟੀ ਜਿਹੜੀ ਆਉਤਾ ਮਕੀ ਬਲੈਕਮੇਲ ਲੰਗਾ ਗੇ ਪਿੱਛੇ ਆਪਣੇ ਆਪਣੇ ਮਫਾਦ ਵਾਸਤੇ ਤੇ ਇਹਦੇ ਵਿੱਚ ਰਹਿ ਕੇ ਉਹ ਕਿੰਨਾ ਕੁ ਕਰ ਸਕਦਾ ਇਸ ਵਾਸਤੇ 100% ਉਹਦੇ ਤੋਂ ਉਮੀਦ ਲਾਣ ਦੀ ਕੋਈ ਜ਼ਰੂਰਤ ਨਹੀਂ ਕਿ ਜੋ ਉਹਨੇ ਵਾਅਦੇ ਕੀਤੇ ਨੇ ਉਹ ਪੂਰੇ ਕਰੇਗਾ ਹਾਂ ਅਗਲੇ ਇਲੈਕਸ਼ਨ ਵਿੱਚ ਉਹਨੂੰ ਵੋਟ ਦਿਓ ਉਹ ਇਸ ਕਾਬਲ ਹੋਵੇ ਕਿ ਉਹਨੂੰ ਮਤਾਜੀ ਖਤਮ ਹੋਵੇ ਤੇ ਫੇਰ ਉਹ ਤੁਹਾਡੀਆਂ ਉਮੀਦਾਂ ਦੇ ਪੂਰਾ ਹੋਵੇ ਮੈਂ ਨਾ ਇਮਰਾਨ ਖਾਨ ਨਾ ਕਿਸੇ ਹੋਰ ਮੈਂ ਆ ਰੂ ਉਸ ਬੰਦੇ ਦਾ ਆ ਮੀ ਹੈ ਜਿਹੜਾ ਪਾਕਿਸਤਾਨ ਵਾਸਤੇ ਬਿਹਤਰ ਹੈ ਪਾਕਿਸਤਾਨ ਵਾਸਤੇ ਮਖਲਸ ਹੈ ਤੇ ਇਹ ਬੰਦਾ ਜਿਸ ਤੇ ਨਜ਼ਰ ਆਉਂਦਾ ذاتی ਸਿਹਤ ਵਿੱਚ ਇਹ ਪਾਕਿਸਤਾਨ ਨਾਲ ਅਮਦਰੀਆਂ ਨੇ ਦੀਆਂ ਇਹ ਮਖਲਸ ਹੈ ਇਹਦਾ ਦਿਲ ਹੈ ਪਾਕਿਸਤਾਨ ਜੇ ਤਬਦੀਲੀ ਆਵੇ ਲੇਕਿਨ ਮਜਬੂਰ ਬਹੁਤ ਜ਼ਿਆਦਾ ਮਜਬੂਰ ਹੈ ਉਹਦੇ ਕੋਲ اکثریت ਨਹੀਂ ਆਵੇ ਵੋਟਰ ਨੂੰ ਥੋੜੇ ਲੱਭੇ ਅਗਰ 50% ਵੋਟ ਉਹਨੂੰ ਹੋਰ ਲੱਭ ਜਾਂਦੇ ਕੋਈ ਮਤਾਜੀ ਨਹੀਂ ਉਹਨੂੰ ਜੋੜਾ ਕਾਨੂੰਨ ਪਾਸ ਕਰਨਾ ਚਾਹੁੰਦਾ ਕਰ ਲੈਣਾ ਹੈ ਜੋ ਚਾਹੁੰਦਾ ਉਸ ਤਰ੍ਹਾਂ ਪਾਕਿਸਤਾਨ 'ਚ ਹੋ ਜਾਣਾ ਔਰ ਪਾਕਿਸਤਾਨ ਦੀ ਸਿਮਤ ਵੀ ਜ਼ਬਰਦਸਤ ਬਣ ਜਾਣੀ ਲੇਕਿਨ ਇਸ ਵੇਲੇ ਉਹਦੀ بے ਬਵਾ ਮਤਾਜੀ ਹੈ ਇਸ ਵਾਸਤੇ ਉਹਦੇ ਤੇ ਗਿੱਲੇ ਸ਼ਿਕਵੇ ਕਰਨ ਦੀ ਜ਼ਰੂਰਤ ਨਹੀਂ ਬਲਕਿ ਉਹਨੂੰ ਐਪਰੀਸ਼ੀਏਟ ਕਰਿਆ ਕਰੋ ਉਹਦੀ ਹੌਸਲਾ ਫਜ਼ਾਈ ਕਰਿਆ ਕਰੋ ਅੱਜ ਦੀ ਗੁਜ਼ਾਰਿਸ਼ ਹੈ ਸੀ ਅੱਲਾਹ ਤਾਲਾ ਤੁਹਾਨੂੰ ਹਰ ਬਿਮਾਰੀ ਤੋਂ ਬਚਾ ਕੇ ਰੱਖੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਅੱਲਾ ਨਿਗੇਬਾ